ਸੋ ਕੈਨੇਡਾ ਸਟੱਡੀ ਵੀਜ਼ਾ, ਕੈਨੇਡਾ ਸਟੱਡੀ ਵੀਜ਼ਾ ਲਗਾਤਾਰ, ਔਰ ਉਹਦੇ ਵਿੱਚ ਵੀਜ਼ੇ ਦਾ ਸਕਸੈਸ ਰੇਟ ਕੀ ਹੈ, ਵੀਜ਼ੇ ਦੇ ਸਕਸੈਸ ਰੇਟ ਦੀ ਅੱਜ ਜਿਹੜੀ ਆਪਾਂ ਗੱਲਬਾਤ ਕਰਾਂਗੇ ਉਹ ਕਰਾਂਗੇ ਟੋਟਲ ਕੈਨੇਡਾ ਦੀ ਜੋ ਰਿਪੋਰਟ ਆਈ ਆ ਉਹ ਕੰਟਰੀ ਵਾਈਜ਼ ਨਹੀਂ ਕਿ ਸਾਰੀ ਕੰਟਰੀਆਂ ਦਾ ਮਿਕਸ ਮਿਸ਼ਰਣ ਹੈ, ਉਹਦੇ ਵਿੱਚ ਇੰਡੀਆ ਵੀ ਹੈ, ਪਾਕਿਸਤਾਨ ਵੀ ਹੈ, ਬੰਗਲਾਦੇਸ਼ ਵੀ ਹੈ, ਸਾਰੀ ਤਰ੍ਹਾਂ ਦੀਆਂ ਕੰਟਰੀਜ਼ ਦੇ ਓਵਰਆਲ ਕਿੰਨੀਆਂ ਫਾਈਲਾਂ ਲੱਗੀਆਂ ਔਰ ਉਹਦੇ ਵਿੱਚੋਂ ਕਿੰਨੇ ਰਿਜ਼ਲਟ ਆਏ। ਸੋ ਕੈਨੇਡਾ ਨੇ ਜਿਹੜੀਆਂ 2022 'ਚ ਐਪਲੀਕੇਸ਼ਨਾਂ ਪ੍ਰੋਸੈਸ ਕੀਤੀਆਂ ਸੀ ਉਹ ਤਕਰੀਬਨ 6.5 ਲੱਖ ਐਪਲੀਕੇਸ਼ਨਾਂ ਪ੍ਰੋਸੈਸ ਕੀਤੀਆਂ, ਜਿਹਦੇ ਵਿੱਚੋਂ ਉਹਨਾਂ ਨੇ ਤਕਰੀਬਨ 3,55,000 ਵੀਜ਼ਾ ਦਿੱਤਾ ਜੋ ਕਿ 54% ਬਣਿਆ। ਇਸ ਤੋਂ ਬਾਅਦ ਫਿਰ 2023 ਆਇਆ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਵੀਜ਼ੇ ਮਿਲੇ, 7.5 ਲੱਖ ਐਪਲੀਕੇਸ਼ਨ ਤਕਰੀਬਨ ਪ੍ਰੋਸੈਸ ਕੀਤੀ ਗਈ ਔਰ 4,36,000 ਪਲੱਸ ਵੀਜ਼ਾ ਇਸ਼ੂ ਕੀਤੇ ਗਏ। ਸਭ ਤੋਂ ਵੱਧ ਸਕਸੈਸ ਰੇਟ ਗਲੋਬਲੀ ਨਿਕਲ ਕੇ ਆਇਆ ਸੀ ਕੈਨੇਡਾ ਦਾ ਲਾਸਟ ਈਅਰ ਔਰ ਤਕਰੀਬਨ 58% ਵੀਜ਼ੇ ਨਿਕਲੇ ਸੀਗੇ। ਇੰਡੀਆ ਦੀ ਅਗਰ ਮੈਂ ਗੱਲ ਕਰਕੇ ਚੱਲਾਂ ਤਾਂ ਇੰਡੀਆ 'ਚ ਸਕਸੈਸ ਰੇਟ ਹਮੇਸ਼ਾ ਹੀ 80% ਪਲੱਸ ਰਿਹਾ ਕੈਨੇਡਾ ਦਾ, ਔਰ 23-24 ਦੀ ਅਗਰ ਮੈਂ ਗੱਲ ਕਰਾਂ ਔਰ ਖਾਸ ਕਰ ਅਗਰ ਮੈਂ 23 ਦੀ ਗੱਲ ਕਰਾਂ ਤਾਂ ਸਕਸੈਸ ਰੇਟ 95% ਤੱਕ ਵੀ ਗਿਆ, ਰਿਫਿਊਜ਼ਲ ਹੀ ਕਈ ਇਨਟੇਕਾਂ 'ਚ ਦੇਖਣ ਨੂੰ ਨਹੀਂ ਮਿਲਿਆ। ਸੋ ਬਹੁਤ ਵੱਡਾ ਵੀਜ਼ਾ ਇਸ਼ੂ ਹੋਇਆ ਸੀਗਾ ਪਿਛਲੇ ਸਾਲ, ਲੇਕਿਨ ਅਗਰ ਆਪਾਂ ਇਸ ਸਾਲ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਸਕਸੈਸ ਰੇਟ ਨੂੰ ਫਰਕ ਪਿਆ। ਸਕਸੈਸ ਰੇਟ ਦੇ ਨਾਲ ਨਾਲ ਐਪਲੀਕੇਸ਼ਨਾਂ ਲੱਗਣ 'ਚ ਵੀ ਫਰਕ ਪਿਆ, ਸੋ ਐਪਲੀਕੇਸ਼ਨਾਂ ਦੇ ਨੰਬਰ ਵੀ ਡਿੱਗੇ ਕਿਉਂਕਿ ਕੈਨੇਡਾ ਨੇ ਕੈਪਿੰਗ ਸਿਸਟਮ ਲਾ ਤਾ ਜਿਹਦੇ ਨਾਲ ਉਨੀ ਜ਼ਿਆਦਾ ਫਾਈਲ ਨਹੀਂ ਲੱਗ ਪਾ ਰਹੀ। ਸੋ ਹਜੇ ਤੱਕ ਦੀ ਜਿਹੜੀ ਰਿਪੋਰਟ ਹੈ, ਮਈ ਮਹੀਨੇ ਤੱਕ ਦੀ ਜਿਹੜੀ ਰਿਪੋਰਟ ਹੈ, ਉਹ ਤਕਰੀਬਨ 1,52,000 ਐਪਲੀਕੇਸ਼ਨ ਇਸ ਸਾਲ ਹਜੇ 2024 'ਚ ਸੋ ਫਾਰ ਪ੍ਰੋਸੈਸ ਹੋਈ ਹੈ ਔਰ ਜਿਹਦੇ ਵਿੱਚੋਂ 76,000 ਵੀਜ਼ਾ ਇਸ਼ੂ ਹੋਇਆ, ਮਤਲਬ ਤਕਰੀਬਨ 50% ਸਕਸੈਸ ਰੇਟ ਓਵਰਆਲ ਨਿਕਲ ਕੇ ਆਇਆ। ਇੰਡੀਆ ਦੇ ਵਿੱਚ ਵੀ ਅਗਰ ਮੈਂ ਸਕਸੈਸ ਰੇਟ ਦੀ ਗੱਲ ਕਰਾਂ ਤਾਂ ਉਹ ਅੱਜ ਦੇ ਟਾਈਮ ਦੇ ਵਿੱਚ ਆਪਣੇ ਆਪ 'ਚ ਇੱਕ ਲੋਵੈਸਟ ਹੈ, 80% ਦੇ ਲਾਗੇ ਛਾਗੇ ਰਹਿੰਦਾ। ਉਹਦਾ ਕਾਰਨ ਹੈ ਕਿ ਹਜੇ ਵੀ ਕਈ ਬੱਚੇ ਪ੍ਰਾਈਵੇਟ ਕਾਲਜਾਂ ਦੇ ਵਿੱਚ, ਊਲ ਜਲੂਲ ਯੂਨੀਵਰਸਿਟੀਆਂ ਦੇ ਵਿੱਚ ਅਪਲਾਈ ਕਰਦੇ ਜਾ ਰਹੇ ਨੇ ਅਤੇ ਰਿਫਿਊਜ਼ਲਾਂ ਲੈਂਦੇ ਜਾ ਰਹੇ ਨੇ, ਏਜੰਟਾਂ ਨੂੰ ਫੰਡ ਸ਼ੋਅ ਦੇ ਪੈਸੇ ਦਿੰਦੇ ਜਾ ਰਹੇ ਨੇ, ਹੋਰ ਬਥੇਰੀ ਲੁੱਟ ਕਸੁੱਟ ਕਰਨ ਦੇ ਤਰੀਕੇ ਲੋਕਾਂ ਨੇ ਬਣਾਏ ਆ। ਸੋ ਇਹਨਾਂ ਤਰੀਕਿਆਂ ਤੋਂ ਪਲੀਜ਼ ਬਚੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਫਾਈਲ ਦੇ ਉੱਤੇ ਸਹੀ ਤਰ੍ਹਾਂ ਦਾ ਰਿਜ਼ਲਟ ਮਿਲੇ, ਸਕਸੈਸ ਵੀ ਮਿਲੇ, ਤਾਂ ਉਹਦਾ ਬੈਸਟ ਤਰੀਕਾ ਇਹੀ ਹੈ ਮੇਰੇ ਦੋਸਤ ਕਿ ਜਿਹੜੀਆਂ ਆਪਣੀਆਂ ਐਪਲੀਕੇਸ਼ਨਸ ਲਗਾ ਰਹੇ ਹੋ ਉਹਨਾਂ ਕਾਲਜਾਂ 'ਚ ਲਗਾਓ ਜਿਨ੍ਹਾਂ ਦੇ ਵਿੱਚ ਗੌਰਮੈਂਟ ਫੰਡਿੰਗ ਹੈ, ਮਤਲਬ ਗੌਰਮੈਂਟ ਫੰਡਡ ਕਾਲਜਿਸ ਯੂਨੀਵਰਸਿਟੀਜ਼ ਨੂੰ ਆਪਣੀ ਟੋਪ ਚੋਇਸ ਬਣਾ ਲਓ ਔਰ ਦੂਸਰੀ ਟੋਪ ਚੋਇਸ ਬਣਾਓ ਆਪਣੇ ਕੋਰਸਿਸ ਨੂੰ ਜਿਨ੍ਹਾਂ ਦੀ ਉੱਥੇ ਸਕਿੱਲ ਸ਼ੋਰਟੇਜ ਹੈ। ਸਕਿੱਲ ਸ਼ੋਰਟੇਜ ਵਾਲੇ ਕੋਰਸਿਸ 'ਚ ਜਾਓਗੇ ਜ਼ਿਆਦਾ ਵਧੀਆ ਸਹੀ ਰਹੋਗੇ, ਸੇਫ ਰਹੋਗੇ, ਫਾਈਲ ਦੇ ਵਿੱਚ ਰਿਜ਼ਲਟ ਵੀ ਦੇਖਣ ਨੂੰ ਮਿਲੂਗਾ। ਔਰ ਬੇਸਿਕ ਕੋਰਸ ਲੈਣੇ ਬੰਦ ਕਰ ਦਿਓ, ਛੋਟੇ ਛੋਟੇ ਕੋਰਸ, ਆਫਿਸ ਐਡਮਿਨਿਸਟ੍ਰੇਸ਼ਨ ਦਾ ਕੋਰਸ, ਬਿਜ਼ਨਸ ਮੈਨੇਜਮੈਂਟ ਦਾ ਕੋਰਸ, ਇਹਨਾਂ ਤੋਂ ਹਟਣਾ ਪੈਣਾ ਹੈ। ਹੁਣ ਬਿਜ਼ਨਸ ਮੈਨੇਜਮੈਂਟ ਦੀ ਜਗ੍ਹਾ ਫਾਈਨਾਂਸ ਮੈਨੇਜਮੈਂਟ 'ਚ ਜਾਣਾ ਪਊਗਾ, ਮਾਰਕੀਟਿੰਗ ਮੈਨੇਜਮੈਂਟ 'ਚ ਜਾਣਾ ਪਊਗਾ, ਮਤਲਬ ਕਿਸੇ ਸਪੈਸ਼ਲਾਈਜੇਸ਼ਨ ਵੱਲ ਜਾਣਾ ਪਊਗਾ, ਕਿਸੇ ਸਕਿੱਲ ਸੈੱਟ ਵੱਲ ਜਾਣਾ ਪਊਗਾ, ਉਹਨਾਂ ਦੇ ਵਿੱਚ ਤੁਹਾਨੂੰ ਸਕਸੈਸ ਰੇਟ 100% ਮਿਲੂਗਾ। ਸੋ ਆਪਣੀਆਂ ਐਪਲੀਕੇਸ਼ਨਸ ਨੂੰ ਲਾਉਣ ਲਈ ਹੋਰ ਜ਼ਿਆਦਾ ਸਮਾਂ ਖਰਾਬ ਨਾ ਕਰੋ, ਸਹੀ ਕਾਲਜ, ਸਹੀ ਕੋਰਸ ਦੀ ਚੋਣ ਕਰੋ ਅਤੇ ਬੇਫਿਕਰ ਹੋ ਕੇ ਕੈਨੇਡਾ ਦਾ ਵੀਜ਼ਾ ਹਾਸਲ ਕਰੋ। ਸਤਿ ਸ਼੍ਰੀ ਅਕਾਲ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।